ਹਿਰਦੇ ਅੰਦਰ ਗੁਣਾ ਵਸਦੇ। ਜਦੋਂ ਗੁਰੂ ਨਦਰ ਕਰਦਾ ਹੈ ਹਿਰਦੇ ਅੰਦਰ ਗੁਣ ਵਸ ਜਾਂਦੇ, ਨਾਮ ਦਾ ਵਾਸਾ ਹੋ ਜਾਂਦਾ ਹੈ ਜਿਹਦੇ 'ਚ ਕਿਰਪਾ ਹੁੰਦੀ ਹੈ। ਜਨਮ ਜਨਮ ਕੇ ਕਿਲ ਵਿੱਚ ਦੋ ਪੁੱਤਰ ਇਹ ਲੱਛਣ ਦਰਸਾਉਂਦੇ ਹਨ। ਜਿਹਦੇ ਅੰਦਰ ਨਾਮ ਵਸ ਜਾਵੇ ਉਹਦੇ ਜਨਮਾਂ ਜਨਮਾਂ ਦੇ ਕਿਲ ਵਿੱਚ ਤੋਂ ਉੱਤਰ ਜਾਂਦੇ ਹਨ, ਉਹਦਾ ਸਰੀਰ ਹਲਕਾ ਫੁੱਲ ਹੋ ਜਾਂਦਾ। ਇਸੇ ਕਰਕੇ ਸਿੱਧ ਨੇ ਜਿਹੜੇ ਉੱਠਦੇ ਫਿਰਦੇ ਹਨ, ਸਰੀਰ ਹਲਕਾ ਫੁੱਲ ਹੁੰਦਾ, ਕੋਈ ਉਹਨਾਂ ਦੇ ਅੰਦਰ ਪਾਪ ਨਹੀਂ ਹੁੰਦਾ, ਕਰਮ ਨਹੀਂ ਹੁੰਦਾ, ਸਰੀਰ ਉੱਡਣ ਲੱਗ ਜਾਂਦਾ ਹੈ, ਜਿੱਥੇ ਚਾਹੁਣ ਜਾ ਸਕਦੇ ਹਨ, ਸਾਰੀਆਂ ਅਰਗੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ, ਭਾਰ ਹੀ ਨਹੀਂ ਹੁੰਦਾ ਕਿਸੇ ਚੀਜ਼ ਦਾ। ਜਨਮ ਜਨਮ ਕੇ ਕਿਲ ਵਿੱਚ ਗੁਰੂ ਨਾਮ ਦੀ ਉਹ ਰਿਣ ਲਾਥਾ, ਸਾਰਾ ਕਰਜ਼ਾ ਪਾਪਾਂ ਦਾ ਰਹਿ ਜਾਂਦਾ ਹੈ, ਭਾਰ ਰਹਿ ਜਾਂਦਾ ਹੈ, ਮਾਂ ਪਿਓ ਦਾ ਰਿਣ ਰਹਿ ਜਾਂਦਾ ਹੈ, ਸਾਰੇ ਕਰਜ਼ੇ ਰਹਿ ਜਾਂਦੇ ਹਨ ਸੰਸਾਰ ਦੇ, ਜਦੋਂ ਗੁਰੂ ਨਾਮ ਬਖਸ਼ ਕਰਦੇ। ਫਿਰ ਗੁਰਮੂਲ ਭਰੇ ਹੈ ਮਨਮੁਖ ਅਤੇ ਮੋਹ ਮਾਇਆ ਵਿੱਚ ਹਰ ਹਰ, ਬਿਨਾਂ ਗੁਰੂ ਨੂੰ ਬਿਨਾਂ ਗੁਰੂ ਤੋਂ ਬਿਨਾਂ ਜਿਹੜਾ ਮਨੁੱਖ ਹੈ ਮਨਮੁਖ ਹੈ, ਜਿਹਨੇ ਗੁਰੂ ਦਾ ਲੜ ਨਹੀਂ ਪੜਿਆ ਉਹ ਮਨਮੁਖ ਹੋ ਜਾਂਦਾ, ਮਨ ਦੇ ਪਿੱਛੇ ਤੁਰਦਾ ਹੈ, ਮਨ ਨੂੰ ਮੋਹ ਦੇ ਜਾਲ ਵਿੱਚ ਫਸਾ ਕੇ ਇੱਕ ਐਸੇ ਚੱਕਰ ਦੇ ਵਿੱਚ, ਦੁੱਖ ਔਰ ਸੁੱਖ ਦੇ ਚੱਕਰ ਵਿੱਚ ਪਾ ਦਿੰਦਾ, ਸਾਰੀ ਜ਼ਿੰਦਗੀ ਮਾਇਆ ਕਿਸਮੋਂ ਪਾਪੀ ਹੈ, ਕਿਹਾ ਮਾਇਆ ਕਰਮ ਕਮਾਏ, ਦੁੱਖ ਸੁੱਖ ਇਹ ਜੀਓ ਵੱਧ ਹੈ, ਹੁਣ ਮੈਂ ਕਰਮ ਕਮਾਇਆ। ਦੁੱਖਾਂ ਸੁੱਖਾਂ ਦੇ ਦੁੱਖਾਂ ਦਾ ਡਰ ਪਾ ਦਿੰਦੀ ਹੈ ਮਾਇਆ, ਸੁੱਖਾਂ ਦਾ ਲਾਲਚ ਪਾ ਦਿੰਦੀ ਹੈ, ਇਹ ਇੱਕ ਚੱਕਰ ਜਾਲ, ਚੱਕਰ ਜੀਵਨ ਦੇ ਵਿੱਚੋਂ ਨਿਕਲਣਾ ਔਖਾ ਹੈ, ਫਿਰ ਗੁਰੂ ਕੱਢੇ ਤਾਂ ਨਿਕਲ ਸਕਦਾ। ਫਸਣ ਕੀ ਸਭ ਕੋ ਜਾਣ, ਛੁੱਟਣ ਕੀ ਕੋਈ, ਫਸ ਸਾਰੇ ਜਾਂਦੇ ਨੇ ਮਾਇਆ ਦੇ ਜਾਲ, ਉਸ ਜਾਲ ਵਿੱਚੋਂ ਨਿਕਲਣਾ ਜਿਹੜਾ ਉਹ ਹਰ ਇੱਕ ਦੇ ਵੱਸ ਵਿੱਚ ਨਹੀਂ, ਉਹ ਗੁਰੂ ਕੱਢਣ ਵਾਲਾ। ਇਸ ਕਰਕੇ ਦਇਆ ਕਰਦੇ ਹਨ ਮਨਮੁਖ, ਬਿਲਕੁਲ ਮੂਲ ਪੈਣ ਹੈ ਮਨਮੁਖ ਅਤੇ ਮੋਹ ਮਾਇਆ ਦੇ ਸਾਥਾ, ਫਿਰ ਸਾਧੂ ਚਰਨ ਸੇਵੇ ਕਰੋ, ਸਾਧ ਚੰਗੇ ਨਹੀਂ ਲੱਗਦੇ, ਸਾਧ ਸੰਗਤ ਚੰਗੀ ਨਹੀਂ ਲੱਗਦੀ, ਬਾਣੀ ਚੰਗੀ ਨਹੀਂ ਲੱਗਦੀ, ਹੋਰ ਹੋਰ ਚੀਜ਼ਾਂ ਚੰਗੀਆਂ ਲੱਗਣਗੀਆਂ। ਤਾਂ ਸਤਿਗੁਰੂ ਜੀ ਦਇਆ ਕਰਦੇ ਹਨ, ਤੇਰੇ ਸਭ ਜਨਮ ਪਕਾਥਾ, ਸਾਰਾ ਜਨਮ ਬਿਨਾਂ ਕਿਸੇ ਅਰਥ ਤੋਂ ਚਲਿਆ ਜਾਂਦਾ ਹੈ, ਕਰਮ ਤੋਂ ਬਾਹਰ ਹੈ, ਕਿ ਜਦੋਂ ਪ੍ਰਵੇਸ਼ ਪ੍ਰਾਪਤ ਹੋਵੇ। ਜਿਨ ਸਾਧੂ ਚਰਨ ਸਾਧ ਪਦ ਸੇਵੇ ਤਿੰਨ ਸਭ ਲਿਆਉਂਦੇ ਸੁਨਾਥਾ, ਉਹ ਮਾਲਕ ਵਾਲੇ ਹਨ, ਉਹ ਮਾਲਕ ਵਾਲੇ ਹਨ ਜਿਨ੍ਹਾਂ ਨੇ ਗੁਰੂ ਧਾਰਨ ਕੀਤਾ ਹੈ, ਜਿਹੜੇ ਗੁਰੂ ਚਰਨ ਛੱਡ ਆਏ ਹਨ। ਸਤਿਗੁਰੂ ਜੀ ਬਤਾਇਆ ਕਰਦੇ ਨੇ, ਜਿਹੜੇ ਜਿਨ ਕਹਿ ਮਸਤਕ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਦੇ ਪਾਏ। ਸੋ ਮਨ ਦਾ ਭਾਂਡਾ ਜਿਹੜਾ ਸਾਧ ਚਰਨਾਂ ਦੇ ਵਿੱਚ ਲਾਇਆ, ਸਤਿਗੁਰੂ ਦੇ ਚਰਨਾਂ ਵਿੱਚ ਲਾਇਆ ਆ, ਅੱਗੇ ਕਰ ਦਿੱਤਾ, ਮੱਥਾ ਟੇਕ ਦਿੱਤਾ, ਤਾਂ ਸਤਿਗੁਰੂ ਉਹਦੇ ਕਰ ਉਹਦੇ ਮੱਥੇ ਵਿੱਚ ਕਰਮ ਪਾ ਦਿੰਦੇ ਹਨ, ਬੀਜ ਪਾ ਦਿੰਦੇ ਹਨ ਸਾਧ ਸੰਗਤ ਵਿੱਚ ਆਉਣ ਦੇ। ਸਾਧ ਸੰਗਤ ਵਿੱਚ ਆ ਕੇ ਉਹ ਦਾਨ ਖੱਟ ਲੈਂਦਾ ਹੈ, ਪੁੰਨ ਖੱਟ ਲੈਂਦਾ ਹੈ, ਗਿਆਨ ਪ੍ਰਾਪਤ ਕਰ ਲੈਂਦਾ, ਜਿਹੜਾ ਆ ਕੇ ਮੱਥਾ ਹੀ ਟੇਕਦਾ ਗੁਰੂ ਚਰਨਾਂ 'ਤੇ, ਉਹਦੇ ਮੱਥੇ 'ਚ ਕਰਮਾਂ ਦੇ ਬੀਜ ਕਿਵੇਂ ਬੈਠਦੇ। ਜਿਹਨੇ ਆਉਣਾ ਹੀ ਗੁਰੂ ਦਰ 'ਤੇ ਅਤੇ ਨਿੰਦਿਆ ਹੀ ਕਰਨੀ ਹੈ, ਮੈਨੂੰ ਕੋਈ ਪ੍ਰਾਪਤ ਨਹੀਂ ਹੁੰਦਾ, ਸੁਣਦਾ ਹੀ ਮੇਰੀ ਗੁਰੂ, ਉਹਦੇ ਮੱਥੇ ਦੇ ਵਿੱਚ ਕਰਮ ਕਿਵੇਂ ਪ੍ਰਾਪਤ ਹੋਵੇ, ਕਿਵੇਂ ਕਰਮਾਂ ਦਾ ਬੀਜ ਉਹਨੂੰ ਮਿਲੇਗਾ। ਸੋ ਜਦੋਂ ਮੱਥਾ ਟੇਕਦੇ ਹਾਂ ਆ ਕੇ, ਪਹਿਲਾਂ ਸਾਡੇ ਕਰਮ ਨੇ ਸਾਧਨ ਪਾਪ ਤੋਂ ਹੋਵੇ, ਜਦੋਂ ਨਿਰਮਲ ਹੋ ਜਾਂਦਾ, ਖਾਲੀ ਹੋ ਜਾਂਦਾ ਮੱਥਾ, ਇਹਦੇ ਵਿੱਚ ਫਿਰ ਸਤਿਗੁਰੂ ਬੀਜ ਪਾਉਂਦਾ, ਕਰਮਾਂ ਦਾ ਬੀਜ ਪੈਂਦਾ, ਦੁੱਧ ਪੈਂਦਾ ਕਰਮਾਂ ਦਾ, ਅਤੇ ਨਿਰਮਲ ਕਰਮਾਂ ਦੇ ਨਾਲ ਇਹਨੂੰ ਬਾਣੀ ਚੰਗੀ ਲੱਗਦੀ, ਇਹਨੂੰ ਸਾਧ ਸੰਗਤ ਚੰਗੀ ਲੱਗਦੀ, ਸੇਵਾ ਸਿਮਰਨ ਚੰਗਾ ਲੱਗਦਾ, ਚੰਗੇ ਕਰਮਾਂ ਵੱਲ ਪ੍ਰੇਰਿਤ ਹੁੰਦਾ, ਸੋ ਇਹ ਦਾਨ ਪ੍ਰਾਪਤ ਹੁੰਦਾ। ਸੋ ਇਸ ਕਰਕੇ ਸਤਿਗੁਰੂ ਜੀ ਦਇਆ ਕਰਦੇ ਹਨ, ਤਿੰਨ ਦਿਨ ਸਾਧੂ ਚਰਨ ਸਾਧ ਪਗ ਸੇਵੇ, ਅਤੇ ਸਫਲਿਓ ਜਨਮ ਸਨਾਥਾ, ਮਾਲਕ ਵਾਲੇ ਬਣ ਜਾਂਦੇ ਹਨ, ਉਹਨਾਂ ਦਾ ਜਨਮ ਸਫਲ ਹੁੰਦਾ, ਸਫਲ ਤੋਂ ਭਾਵ ਹੈ ਫਲ ਸਹਿਤ, ਇੱਛਾਵਾਂ ਪੂਰੀਆਂ ਹੁੰਦੀਆਂ ਹਨ, ਸਾਧ ਸੰਗਤ ਵਿੱਚ ਇਹ ਦਾਨ ਪ੍ਰਾਪਤ ਹੁੰਦਾ ਹੈ। ਗੋ ਕੋ ਕੀਜੈ ਦਾਸ, ਦਾਸ ਦਾਸਨ ਕੋ ਅੰਦਰਿਆ ਧਾਰ, ਜਗਨ ਨਾਥਾ, ਇਹ ਜਗ ਦੇ ਮਾਲਕ ਸਤਿਗੁਰੂ ਵਾਹਿਗੁਰੂ ਗੁਰੂ ਰਾਹੀਂ ਦਇਆ ਕੀਤੀ ਹੈ, ਗੁਰੂ ਰਾਹੀਂ ਸਾਨੂੰ ਉਸ ਜਗਤ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਮੈਨੂੰ ਜਿਹੜਾ ਤੇਰਾ ਨਾਮ ਜਪਦਾ ਹੈ ਉਹਦਾ ਦਾਸ ਹੈ, ਜਿਹੜਾ ਅੱਗੋਂ ਉਹਦਾ ਦਾਸ ਹੈ ਉਹਦਾ ਮੈਨੂੰ ਦਾਸ ਨਾ ਦੇ। ਤੀਜੇ ਥਾਂ ਦੇ ਚੌਥੇ ਥਾਂ ਦੇ ਸਤਿਗੁਰੂ ਦਾਸ ਬਣਦੇ ਹਨ, ਨਾਮ ਜਪਣ ਵਾਲੇ, ਨਾਮ ਜਪਣ ਵਾਲਿਆਂ ਨੂੰ ਮਾਣ, ਗਾਹਾਂ ਉਹਨਾਂ ਦੀ ਸੇਵਾ ਕਰਨ ਵਾਲਿਆਂ ਨੂੰ ਮਾਣ, ਗਾਹਾਂ ਅੱਗੋਂ ਉਹਨਾਂ ਦੀ ਸੇਵਾ ਕਰਨ ਵਾਲਿਆਂ ਨੂੰ ਮਾਣ। ਮਹਾਰਾਜ ਇੰਨੇ ਸਤਿਕਾਰ ਬਖਸ਼ਿਸ਼ ਕਰਦੇ ਹਨ ਨਾਮ ਜਪਣ ਵਾਲਿਆਂ। ਹਮਦਲੇ ਗਿਆਨਹੀਨ ਅਗਿਆਨੀ, ਕਿਉਂ ਚੱਲਦਾ ਹੈ ਮਾਰਗ ਪੰਥਾ, ਅਤੇ ਇਉਂ ਸਤਿਗੁਰੂ ਜੀ ਅਰਦਾਸ ਕਰਨੀ ਗੁਰਸਿੱਖ ਨੂੰ ਸਿਖਾਉਂਦੇ ਹਨ, ਇਉਂ ਅਰਦਾਸ ਕਰੀਏ ਸਤਿਗੁਰੂ ਚਰਨਾਂ 'ਚ, ਹਮ ਅੰਧਲੇ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਸਾਡੇ ਕੋਲ ਪ੍ਰਤੱਖ ਵੀ ਨੇਤਰ ਨਹੀਂ ਸਤਿਗੁਰੂ, ਅਸੀਂ ਤੇਰੀ ਵਡਿਆਈ ਨਹੀਂ ਦੇਖ ਸਕਦੇ, ਗਿਆਨਹੀਨ ਹਾਂ ਅਗਿਆਨੀ ਹਾਂ, ਕਿਉਂ ਚੱਲਦਾ ਹੈ ਮਾਰਗ ਪੰਥਾ, ਸਾਨੂੰ ਆਪਦਾ ਗਾਡੀ ਰਾਹ ਦਰਸਾਇਆ ਹੋਇਆ ਮੁਕਤੀ ਦਾ ਮਾਰਗ, ਗੁਣਾਂ ਵਾਲਾ ਮਾਰਗ ਸਾਨੂੰ ਨਹੀਂ ਨਹੀਂ। ਹਮ ਅੰਧਲੇ ਕਉ ਗੁਰ ਅੰਚਲ ਦੀਜੈ, ਆਪਦੇ ਚਰਨਾਂ ਦੇ ਦਰ 'ਤੇ ਅਰਦਾਸ ਹੈ, ਸਾਨੂੰ
ਸੰਤਾਨ ਸਭੂਲੇ ਇਹ ਅਰਦਾਸ ਕਰਨੀ ਸਿਖਾਈ ਹੈ ਸਤਿਗੁਰੂ ਜੀ ਨੇ ਆਪਾਂ ਅਰਦਾਸ ਕਰੀਏ ਗਰੀਬ ਰਿਵਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜੀ ਦਇਆ ਮੈਂ ਕਰਨੀ ਆਪਣੀ ਬਾਣੀ ਰਾਹੀਂ ਆਪਣੀ ਬਾਣੀ ਦਾ ਪੱਲਾ ਫੜਾਉਣਾ ਆਪਣੇ ਗਿਆਨ ਦਾ ਪੱਲਾ ਫੜਾਉਣਾ ਉਸ ਗਿਆਨ ਨੂੰ ਹਿਰਦੇ ਅੰਦਰ ਵਸਾ ਕੇ ਬਾਣੀ ਪੜ੍ਹਦੇ ਹੋਏ ਆਪ ਦੇ ਚਰਨਾਂ ਨਾਲ ਅਸੀਂ ਜੁੜ ਸਕੀਏ ਤੋ ਸਤਿਗੁਰੂ ਇਹ ਉਪਦੇਸ਼ ਸਾਡੇ ਹਿਰਦੇ ਅੰਦਰ ਵਸਾਉਣ ਅਤੇ ਇਸ ਉਪਦੇਸ਼ ਨੂੰ ਕਮਾਉਣ ਲਈ ਬਰਬਤ ਬਖਸ਼ਣ ਦਾਰਾਇਣ ਦੀਆਂ ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਭੁੱਲਾਂ ਗਲਤੀਆਂ ਦੀ ਸ਼ਰਮਾ ਬਖਸ਼ ਦੇਣੀ ਜੀ ਆਪ ਦੇ ਲਾ ਕੇ ਆਸਰਾ ਮੰਡੀ ਗੁਰੂ ਚਰਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ।